ਅਲਾਵੇ ਮੁੰਡੇ ਚੰਡੀਗੜ੍ਹ ਸ਼ਹਿਰ ਦੇ ਕਿੰਨਾ ਕਿੰਨਾ ਨੇ ਸੁਣਿਆ ਇੱਕ ਵਾਰੀ ਤਾੜੀ ਮਾਰ ਕੇ ਦੱਸ ਦਿਓ ਤੇ ਜਾਨੀ ਵੇ ਜਾਨੀ ਹੋ ਜ਼ਿੰਦਗੀ ਸਿੱਧੀ ਕਰ ਦਿੰਦਾ ਹੋ ਜ਼ਿੰਦਗੀ ਸਿੱਧੀ ਕਰ ਦਿੰਦਾ ਸਭ ਕੁਝ ਪੁੱਠਾ ਹੀ ਰਹਿ ਗਿਆ ਮੇਰੀ ਵਾਰੀ ਤੇ ਲੱਗਦਾ ਤੂੰ ਰੱਬਾ ਸੁੱਤਾ ਹੀ ਰਹਿ ਗਿਆ ਨਾ ਦਿੱਤਾ ਪਿਆਰ ਨਾ ਦਿੱਤਾ ਸਕੂਨ ਸਾਡੀਆਂ ਰਗਾਂ ਚ ਕਾਲਾ ਖੂਨ ਸਾਰਿਆਂ ਨੇ ਸਾਥ ਛੱਡ ਜਾਂਦੇ ਨੇ ਨਾ ਤਾਂ ਉਹਨਾਂ ਦਾ ਸਾਥ ਸੱਚੀ ਸਰਕਾਰਾਂ ਹੁੰਦੀਆਂ ਨੇ ਇੱਕ ਵਾਰੀ ਸੱਚੀ ਸਰਕਾਰ ਦੇ ਨਾਮ 'ਤੇ ਤਾੜੀ ਲਾ ਦਿਓ ਸਾਰੇ ਛੱਡ ਕੇ ਚਲੇ ਜਾਂਦੇ ਨੇ ਪਰ ਪੀਰ ਕਦੇ ਨਹੀਂ ਛੱਡਦੇ ਆਪਣੇ ਬੱਚਿਆਂ ਨੂੰ ਨਾ ਦਿੱਤਾ ਪਿਆਰ ਨਾ ਦਿੱਤਾ ਸਕੂਨ ਸਾਡੀਆਂ ਰਗਾਂ 'ਚ ਕਾਲਾ ਯਾਰ ਦੇ ਪੈਰਾਂ ਦਾ ਬਣ ਕੇ ਜਾਨੀ ਜੁੱਤਾ ਹੀ ਰਹਿ ਗਿਆ
ਹੈ ਦਿਲ ਦਾ ਪਾਗਲ ਹੈ ਦੋ ਘੜੀਆਂ ਰੋਕੇ ਚੁੱਪ ਕਰ ਜੂ ਉਹ ਜਿੱਥੇ ਸਾਰੀ ਦੁਨੀਆ ਛੱਡੀ ਤੇਰੇ ਬਿਨ ਵੀ ਸਰ ਜਾਊ ਦਿਲ ਦਾ ਪਾਗਲ ਹੈ ਦੋ ਘੜੀਆਂ ਰੋਕੇ ਚੁੱਪ ਕਰ ਜੂ ਰਿਮ ਝਿਮ ਰਿਮ ਝਿਮ ਪੈਂਦੀਆਂ ਕਣੀਆਂ ਅਗਰ ਅੱਛਾ ਲੱਗ ਰਿਹਾ ਤਾੜੀ ਲਓ ਹਾਂ ਸਜਣਾ ਜਾਣ ਮੇਰੀ ਤੇ ਬਣੀਆਂ ਹੋ ਸਜਣਾ ਜਾਣ ਮੇਰੀ ਤੇ ਬਣੀਆਂ ਮੁੜ ਮੁੜ ਬਦਲ ਗੱਜਦਾ ਆ ਜਾ ਮੇਰਾ ਦਿਲ ਨਹੀਂ ਲੱਗਦਾ ਹਾੜਿਆ ਮੇਰਾ ਦਿਲ ਨਹੀਂ ਲੱਗਦਾ ਸੋਹਣਿਆ ਮੇਰਾ ਦਿਲ ਨਹੀਂ ਲੱਗਦਾ ਹਾਣਿਆ ਮੇਰਾ ਦਿਲ ਨਹੀਂ ਲੱਗਦਾ ਇੰਨੀ ਹਾਜ਼ਰੀ ਕਬੂਲ ਕਰਿਓ ਤੇ ਨਾਲ ਜੀਵਨ ਜੋਤੀ ਜੀ ਆਏ ਨੇ ਜੀਵਨ ਜੋਤੀ ਜੀ ਹਾਂਜੀ ਤਾੜੀ ਮਾਰ ਦਿਓ ਯਾਰ ਇੱਕ ਵਾਰੀ ਖੁੱਲ ਕੇ ਰੋਲਾ ਪਾ ਕੇ ਦੱਸ ਦਿਓ ਇੱਕ ਵਾਰੀ ਜ਼ੋਰ ਨਾਲ ਬਾਪੂ ਦੇ ਨਾਂ ਦਾ ਬੱਲੂ ਭਾਜੀ ਨੇ ਪਹਿਲਾਂ ਵੀ ਕਿਹਾ ਕਿ ਇਹਨਾਂ ਨੂੰ ਸੱਦਣਾ ਹੁੰਦਾ ਤੇ ਨੋਟਾਂ ਦੇ ਥੱਬੇ ਚਾਹੀਦੇ ਆ ਪਰ ਇਹ ਕਿਰਪਾ ਬਾਪੂ ਦੀ ਮੁੰਡੇ ਚੰਡੀਗੜ੍ਹ ਸ਼ਹਿਰ ਦੇ ਹਾਂਜੀ ਹਾਂਜੀ ਤੇ ਫਿਰ ਕੱਲ੍ਹ ਕੀ ਸੁਣਨਗੇ ਜੀ ਅੱਜ ਸਾਰਾ ਕੁਛ ਸੁਣਾਤਾ ਮੁੰਡੇ ਚੰਡੀਗੜ੍ਹ ਸ਼ਹਿਰ ਥੈਂਕ ਯੂ ਸੋ ਮੱਚ ਥੈਂਕ ਯੂ ਜੀ ਥੈਂਕ ਯੂ ਸਾਰਿਆਂ ਦਾ ਥੈਂਕ ਯੂ ਸੋ ਮੱਚ ਢਾਈ ਤੋਂ ਰੱਖਿਓ ਢਾਈ ਤੋਂ ਜੀ ਤੂੰ ਜੋਤੀ ਹਜੋ ਫਿਰ ਡੂ ਇਟ ਢਾਈ ਤੋਂ ਮੈਂ ਹਾਲੇ ਵੀ ਮਤਲਬ ਇਸ ਡਰੈਸ 'ਚ ਕੰਫਰਟੇਬਲ ਨਹੀਂ ਹਾਂ ਕਿਉਂਕਿ ਮੈਨੂੰ ਪਤਾ ਕਿ ਯੂਟਿਊਬ 'ਤੇ ਫਿਰ ਲੋਕ ਬੋਲ ਦਿੰਦੇ ਨੇ ਕਿ ਬਾਬਾ ਜੀ ਦਰਬਾਰ 'ਤੇ ਇੱਦਾਂ ਗਾ ਰਹੇ ਹੋ ਇੱਦਾਂ ਗਾ ਰਹੇ ਹੋ ਪਰ ਮੈਨੂੰ ਪਤਾ ਕਿ ਸਰਕਾਰਾਂ ਦਾ ਹੁਕਮ ਹੋ ਗਿਆ ਤਾਂ ਫਿਰ ਹਾਜ਼ਰੀ ਨੂੰ ਕੋਈ ਜਦੋਂ ਲਿਖੀ ਹੈ ਉਹਨੂੰ ਕੋਈ ਨਹੀਂ ਟਾਲ ਸਕਦਾ ਅਤੇ ਇੱਕ ਵਾਰੀ ਤਾੜੀਆਂ ਲਾ ਦਿਓ ਫਿਰ ਬਖਸ਼ ਦਿਓ ਮੈਨੂੰ ਵਾਰ ਵਾਰ ਫੀਲ ਹੁੰਦਾ ਕਿ ਲਾਈਕ ਯੂਟਿਊਬ 'ਤੇ ਫਿਰ ਕਮੈਂਟ ਆਉਂਦੇ ਨੇ ਕਿ ਤੁਸੀਂ ਤੁਹਾਨੂੰ ਖੁਦ ਨੂੰ ਸ਼ਰਮ ਚਾਹੀਦੀ ਸੀ ਪਰ ਮੈਨੂੰ ਪੰਜਾਬ ਟੀ ਵੀ ਲਾਈਵ 'ਤੇ ਮੈਂ ਸਪੈਸ਼ਲ ਬੋਲਦੀ ਪਈ ਹਾਂ ਕਿ ਮੈਨੂੰ ਕਹਿੰਦੇ ਨਗਰ ਨਿਵਾਸੀਆਂ ਦਾ ਜਦੋਂ ਹੁਕਮ ਹੋ ਗਿਆ ਸਭ ਤੋਂ ਵੱਡੇ ਤੁਸੀਂ ਹੋ ਤਾਂ ਅਜੇ ਚੰਡੀਗੜ੍ਹ ਸ਼ਹਿਰ ਢਾਈ ਤੋਂ ਹੋਬੇ ਮੈਂ ਸੁਲੀ ਉੱਤੇ ਡੰਗ ਦਿੱਤੇ ਸਾਰੇ ਹੋ ਮੇਰੇ ਇਸ਼ਕ 'ਚ ਘੁੰਮਦੇ ਵਿਚਾਰੇ ਹੋਬੇ ਮੈਂ ਸੁਲੀ ਉੱਤੇ ਡੰਗ ਦਿੱਤੇ ਸਾਰੇ ਮੇਰੇ ਇਸ਼ਕ 'ਚ ਘੁੰਮਦੇ ਵਿਚਾਰੇ ਬੇ ਮਸੂਲੀ ਉੱਤੇ ਡੰਗ ਦਿੱਤੇ ਸਾਰੇ ਮੇਰੇ ਇਸ਼ਕ 'ਚ ਘੁੰਮਦੇ ਵਿਚਾਰੇ ਹੋ ਮੁੰਡੇ ਚੰਡੀਗੜ੍ਹ ਸ਼ਹਿਰ ਦੇ ਮੈਨੂੰ ਬੜੀ ਸਪੋਰਟ ਕਰ ਰਹੇ ਆ ਅਫਸਾਨਾ ਜੀ ਸਾਜ ਭਾਈ ਰਣਵੀਰ ਰੈਬੀ ਭਾਜੀ ਪੰਜਾਬ ਲਾਈਵ ਟੀਵੀ ਇੱਕ ਵਾਰੀ ਖੁੱਲ੍ਹ ਕੇ ਤਾੜੀ ਮਾਰ ਦਿਓ ਮੇਰਾ ਖਿਆਲ ਮੇਰੀ ਥੋੜ੍ਹੇ ਦਿਨ ਪਹਿਲਾਂ ਸਾਡੀ ਵੀਡੀਓ ਪਈ ਇਸ ਗਾਣੇ ਦੀ ਅਤੇ ਬਾਈ ਨੇ ਬੜੀ ਸਪੋਰਟ ਕੀਤੀ ਰੈਬੀ ਭਾਜੀ ਨੇ ਰੈਬੀ ਭਾਜੀ ਨੇ ਬੱਲੂ ਭਾਜੀ ਨੇ ਹਾਂਜੀ ਤੂੰ ਸੁਣੀ ਉੱਤੇ ਡੰਗ ਦਿੱਤੇ ਸਾਰੇ
ਕੁਦਰ ਸ਼ਹਿਰ ਦੇ ਉਹ ਮੁੰਡੇ ਸਰ ਕੁਦਰ ਸ਼ਹਿਰ ਦੇ ਉਹ ਮੁੰਡੇ ਸਰ ਚੰਡੀਗੜ੍ਹ ਸ਼ਹਿਰ ਇਹ
ਤੇ ਵਾਕਈ ਮੇਰਾ ਖਿਆਲ ਜਿੱਦਣ ਦੀ ਮੇਰੀ ਤੇ ਅਫਸਾਨਾ ਜੀ ਦੀ ਵੀਡੀਓ ਯੂਟਿਊਬ ਦੇ ਉੱਤੇ ਪਈ, 30-35 ਹਜ਼ਾਰ ਵਿਊ 2 ਦਿਨਾਂ 'ਚ ਕ੍ਰੋਸ ਹੋ ਗਿਆ। ਪਤਾ ਨਹੀਂ ਕਿੱਥੋਂ ਕਿੱਥੋਂ ਫੋਨ ਆ ਰਹੇ, ਪਤਾ ਨਹੀਂ, ਮੈਨੂੰ ਨਹੀਂ ਲੱਗਦਾ ਪਿਆ ਜੀ। ਤਾੜੀ ਮਾਰ ਦਿਓ ਇੱਕ ਵਾਰੀ। ਉਹ ਬਾਈ ਬੋਲ ਬੜਾ ਲਿਖਦਾ ਪਿਆਰੇ, ਉਹ ਤੇਰੇ ਇਸ਼ਕ 'ਚ ਘੁੰਮਦੇ ਕਵਾਰੇ, ਉਹ ਮੁੰਡੇ ਚੰਡੀਗੜ੍ਹ ਸ਼ਹਿਰੀ ਦੇ, ਮੁੰਡੇ ਚੰਡੀਗੜ੍ਹ ਸ਼ਹਿਰ ਦੇ, ਹਾਂਜੀ ਠੀਕ ਲੱਗ ਰਿਹਾ। ਹਾਏ ਹਾਏ, ਕਹਿੰਦੇ ਹੁਣ ਪਤਾ ਲੱਗਦਾ, ਕਹਿੰਦੇ ਕੁਝ ਐਸੀਆਂ ਗੱਲਾਂ ਹੁੰਦੀਆਂ ਨੇ ਜੋ ਦਿਲ ਨੂੰ ਠੱਗਦੀਆਂ ਨੇ, ਕੁਝ ਐਸੀਆਂ ਗੱਲਾਂ ਹੁੰਦੀਆਂ ਨੇ ਜੋ ਦਿਲ ਨੂੰ ਠੱਗਦੀਆਂ ਨੇ, ਫਿਰ ਕਹਿਣ ਦੀ ਲੋੜ ਨਹੀਂ ਪੈਂਦੀ, ਤਾੜੀਆਂ ਆਪੇ ਹੀ ਲੱਗਦੀਆਂ ਨੇ। ਤਾੜੀ ਲਾ ਜਰੇ ਕਰੇ ਖੁੱਲ੍ਹ ਕੇ ਸਰਕਾਰਾਂ ਲਈ। ਸਦੋਲ ਫਾਜ ਜੋਤੀ, ਹਾਂਜੀ ਅਫਸਾਨਾ ਜੀ, ਇੱਕ ਛੋਟਾ ਜਿਹਾ ਸਥਾਈ ਅੰਤਰ ਹੋਰ, ਔਰ ਇਹਨਾਂ ਲਈ ਦੋ ਅਲਫਾਜ਼ ਕਹਿਣੇ ਚਾਹੂੰਗਾ, ਜ਼ਰੂਰੀ ਹੈ। ਜੋਤੀ ਮੇਰਾ ਵੀਰ, ਨਕੋਦਰ ਸ਼ਹਿਰ ਦੀ ਸ਼ਾਨ, ਇਹ ਗੱਲ ਸੀਰੀਅਸਲੀ ਸੱਚੀ ਆ ਕਿ ਜਦੋਂ ਮੈਂ ਬਾਈ ਨੂੰ ਅਫਸਾਨਾ ਜੀ ਦੇ ਨਾਲ ਫੇਸਬੁੱਕ 'ਤੇ ਦੇਖਿਆ ਨਾ, ਇੰਨਾ ਕੁ ਸਵਾਦ ਆਇਆ ਮੈਨੂੰ, 20 ਜਣਿਆਂ ਨੇ ਕਿਹਾ, ਕਹਿੰਦੇ ਭਾਅ ਜੀ ਯਾਰ ਕਿਆ ਬਾਤ ਹੈ। ਤਾੜੀ ਜਰਾ ਖੁੱਲ੍ਹ ਕੇ ਲਓ ਬਾਈ ਜੀਵਨ ਜੋਤੀ ਲਈ ਵੀ, ਕਿਉਂਕਿ ਇਹ ਉਹ ਬੰਦੇ ਨੇ ਜਿਨ੍ਹਾਂ 'ਤੇ ਦਾਦਾ ਜੀ ਦੀ ਕਰਮ ਨਵਾਜ਼ੀ ਹੋਈ ਆ, ਕਿਉਂਕਿ ਫਕੀਰਾਂ ਦੀ ਜਦੋਂ ਕਿਸੇ 'ਤੇ ਰਹਿਮਤ ਹੁੰਦੀ ਫਿਰ ਮਿੱਟੀ ਤੋਂ ਚੱਕ ਕੇ ਅਰਸ਼ਾਂ ਤੱਕ ਪਹੁੰਚਾ ਦਿੰਦੇ। ਤਾੜੀ ਜਰਾ ਖੁੱਲ੍ਹ ਕੇ ਲਾ ਦਿਓ। ਕਹਿੰਦੇ ਜੇ ਗਾਉਣ ਵਾਲੇ ਦੀ ਹਿੱਕ ਵਿੱਚ ਜ਼ੋਰ ਹੈ ਨਹੀਂ, ਜੇ ਗਾਉਣ ਵਾਲੇ ਦੀ ਹਿੱਕ ਵਿੱਚ ਜ਼ੋਰ ਹੈ ਨਹੀਂ, ਫਿਰ ਇਕੱਲੇ ਸਾਜ਼ ਵਜਾਉਣ ਦਾ ਕੀ ਫਾਇਦਾ। ਉਹ ਜਿਹੜੇ ਰੋਗੀ ਨੇ ਨਹੀਂ ਪਰਹੇਜ਼ ਕਰਨਾ, ਉਹਨੂੰ ਦਵਾ ਦਵਾਉਣ ਦਾ ਕੀ ਫਾਇਦਾ, ਤੇ ਜਿਹਨੇ ਪੈਸੇ ਲੈ ਕੇ ਕਦੇ ਮੋੜਨੇ ਨਹੀਂ, ਜਿਹਨੇ ਪੈਸੇ ਲੈ ਕੇ ਕਦੇ ਮੋੜਨੇ ਨਹੀਂ, ਉਹਦਾ ਵਿਆਜ ਵਧਾਉਣ ਦਾ ਕੀ ਫਾਇਦਾ, ਤੇ ਮੱਖਣ ਬਰਾੜਾ, ਜੇ ਰੋਟੀ ਨਹੀਂ ਮੱਕੀ ਦੀ ਬਣਾਉਣੀ ਆਉਂਦੀ ਤੇ ਫਿਰ ਇਕੱਲਾ ਸਾਗ ਬਣਾਉਣ ਦਾ ਵੀ। ਤਾੜੀ ਜਰਾ ਖਿੱਚ ਕੇ ਲਾ ਦਿਓ ਸਰਕਾਰਾਂ ਲਈ। ਹਾਂ ਜੀ, ਔਰ ਅਸੀਂ ਥੈਂਕਸ ਕਰਨਾ ਚਾਹੁੰਦੇ ਜੀ ਦਰਬਾਰ ਵੱਲੋਂ ਤੁਹਾਡਾ, ਤੁਸੀਂ ਦਾਦਿਆਂ ਦੇ ਆਸ਼ੀਰਵਾਦ ਨਾਲ ਇੱਥੇ ਸ਼ੁਰੂ ਹੋਏ ਨਕੋਦਰ ਸ਼ਹਿਰ 'ਚ ਤੁਹਾਡੀ। ਥੈਂਕ ਯੂ ਸੋ, ਬਹੁਤ ਬਹੁਤ ਥੈਂਕਸ ਜੀ ਤੁਹਾਡਾ, ਤੁਸੀਂ ਦਰਬਾਰ 'ਤੇ ਦਾਦਿਆਂ ਦਾ ਆਸ਼ੀਰਵਾਦ ਪ੍ਰਾਪਤ ਕਰਕੇ ਚੱਲੇ। ਸਾਡੇ ਵੱਲੋਂ ਸਾਡੀ ਪੂਰੀ ਟੀਮ ਵੱਲੋਂ ਦੁਆਵਾਂ ਕਿ ਤੁਸੀਂ ਅਰਸ਼ਾਂ ਤੱਕ ਪਹੁੰਚੋ। ਤਾੜੀ ਜਰਾ ਖਿੱਚ ਕੇ ਲਾ ਦਿਓ। ਆਓ ਜੀ ਅਫਸਾਨਾ ਖਾਂ ਜੀ। ਸਥਾਈ ਅੰਤਰ ਮੈਂ ਨਿਕਟ ਜੈਲਦਾਰ ਮੂਵੀ ਦੇ ਵਿੱਚ ਗਿਆ ਸੀ ਭਾਅ ਜੀ, ਤੁਸੀਂ ਉਹ ਗਵਾਉਣਗੇ, ਅਤੇ ਸਪੈਸ਼ਲ ਥੈਂਕਸ ਤੁਹਾਡੇ ਇੱਥੇ ਬਾਬਾ ਜੀ ਦੇ ਦਰਬਾਰੀ ਕਲਾਕਾਰ ਯਮਨ ਸੰਦੀਲਾ ਰਸੀਲਾ ਜੀ, ਜਮਨਾ ਰਸੀਲਾ ਜੀ। ਦਰਬਾਰੀ ਕਿਸੇ ਦਰਬਾਰ ਦੇ ਕਲਾਕਾਰ ਹੋਣਾ ਬਹੁਤ ਵੱਡੀ ਗੱਲ ਆ, ਬੜੇ ਕਰਮਾਂ ਵਾਲੇ ਭਾਗਾਂ ਵਾਲੇ ਹੁੰਦੇ ਨੇ। ਇੱਕ ਵਾਰੀ ਤਾੜੀ ਲਾ ਦਿਓ ਜੀ ਇੱਥੇ ਖੁੱਲ੍ਹ ਕੇ ਭਾਈ ਦੇ ਨਾਲ। ਬਾਬੇ ਨਾਨਕ ਦੇ ਮਰਦਾਨਾ ਜੀ ਹੋਇਆ ਕਰਦੇ ਸੀ, ਅਸੀਂ ਉਹਨਾਂ ਦੀ ਪੀੜ੍ਹੀ 'ਚ ਹੀ ਹਾਂ, ਅਤੇ ਬੜੀ ਉਹਨਾਂ ਦਾ ਦਿੱਤਾ ਅਸੀਂ ਅੱਜ ਤੱਕ ਖਾ ਰਹੇ ਹਾਂ, ਗਾ ਰਹੇ ਹਾਂ, ਤਾਂ ਭਾਈ ਮਰਦਾਨਾ ਜੀ ਦੇ ਨਾਮ 'ਤੇ ਵੀ ਤਾੜੀ ਲਾ ਦਿਓ ਇੱਕ ਵਾਰੀ ਖੁੱਲ੍ਹ ਕੇ। ਅੰਬਰਾਂ ਤੇ ਚਾੜ ਸਾਡੀ ਹਾਏ ਹੱਥੀ ਡੋਰ ਛੱਡੇਗਾ, ਹਾਏ ਪਤਾ ਨਹੀਂ ਸੀ ਸਾਡੇ ਨਾਲ ਇੰਜ ਵੈਰ ਕੱਢੇਗਾ, ਵੇ ਤੇਰੇ
ਹਾਏ ਤੇਰੇ ਕੋਲੋਂ ਯਾਰਾ ਸਾਨੂੰ ਇਹੋ ਜਿਹੀ ਉਮੀਦ ਨਹੀਂ ਸੀ ਮੰਨਿਆ ਕਿ ਸਾਡੇ ਕੋਲ ਕੋਈ ਵੀ ਰਸੀਦ ਨਹੀਂ ਸੀ ਹਾਏ ਤੇਰੇ ਕੋਲੋਂ ਯਾਰਾ ਸਾਨੂੰ ਇਹੋ ਜਿਹੀ ਉਮੀਦ ਨਹੀਂ ਸੀ ਇੱਕ ਦਾਤਾ ਜੀ ਦੇ ਦਰਬਾਰ ਤੋਂ ਕੁਛ ਯਾਦ ਆ ਗਿਆ ਹਾਂ ਛੋਟਾ ਲੱਗੇ ਜਗ ਮੈਨੂੰ ਛੋਟਾ ਆਸਮਾਨ ਤੇ ਤੇਰੇ ਕਦਮਾਂ 'ਚ ਮੇਰਾ ਹੈ ਵਸਦਾ ਜਹਾਨ ਹੋਈ ਬਾਗ ਦੀਵਾਨੀ ਵੇ ਮੇਰੇ ਦਿਲ ਦਾ ਤੂੰ ਜਾਨੀ ਵੇ ਤੈਨੂੰ ਜਿੰਦ ਹਾਰਦੀ ਤੇਰੇ ਪਿਆਰ ਦੀ ਮੈਂ ਫਕੀਰਨ ਹੈ ਤੇਰੇ ਪਿਆਰ ਦੀ ਸੋਨੀ ਹਾਜ਼ਰੀ ਕਬੂਲ ਕਰਿਓ ਥੈਂਕ ਯੂ ਸੋ ਮਚ ਤਾੜੀਆਂ ਮਾਰ ਕੇ ਪਿਆਰ ਦੇ ਦਿਓ ਆਪਣਾ ਅਤੇ ਕੱਲ੍ਹ ਬਾਬਾ ਜੀ ਦੇ ਦਰਬਾਰ ਦੇ ਵਿੱਚ ਮਿਲਦੇ ਹਾਂ ਰਾਈਟ 11 ਵਜੇ ਸੋ ਥੈਂਕ ਯੂ ਸੋ ਮਚ ਮਨਜਿੰਦਰ ਪ੍ਰੀਤ ਭਾਅ ਜੀ ਪੱਤਰਕਾਰ ਸਪੈਸ਼ਲ ਥੈਂਕਸ ਪੂਰੇ ਬੈਂਡ ਦਾ ਪੂਰਾ ਥੈਂਕਸ ਬੱਲੂ ਭਾਅ ਜੀ ਪੂਰੇ ਦਰਬਾਰ ਦੀ ਨਗਰ ਨਿਵਾਸੀਆਂ ਦਾ ਔਰ ਪੰਜਾਬ ਲਾਈਵ ਟੀਵੀ ਥੈਂਕ ਯੂ ਸੋ ਮਚ ਤੁਸੀਂ ਸਾਨੂੰ ਚੜ੍ਹਾਉਣ ਵਾਲੇ ਹੋ ਤੁਹਾਡਾ ਬਹੁਤ ਬਹੁਤ ਥੈਂਕ ਯੂ ਰਵੀ ਪਾਟੀਆ ਜੀ ਥੈਂਕ ਯੂ ਭਾਅ ਜੀ ਥੈਂਕ ਯੂ ਸੋ ਮਚ ਥੈਂਕ ਯੂ ਜੀ ਥੈਂਕ ਯੂ